ਹੀ ਦੇਖਿਆ ਜਾਂਦਾ ਹੈ ਕਿ ਹਾਸਿਆਂ ਤੋਂ ਬਾਅਦ ਪ੍ਰਸ਼ਾਸਨ ਆਪਣੀ ਕੁੰਭ ਕਰਨੀ ਨੀਂਦ ਤੋਂ ਉੱਠਦਾ ਹੈ। ਉਸ ਤੋਂ ਪਹਿਲਾਂ ਨਾ ਤਾਂ ਉਸ ਨੂੰ ਜਨਤਾ ਦੀ ਫਿਕਰ ਹੁੰਦੀ ਹੈ ਤੇ ਨਾ ਹੀ ਸ਼ਹਿਰ ਵਿੱਚ ਚੱਲ ਰਹੀਆਂ ਨਾਜਾਇਜ਼ ਤਸਕਰੀਆਂ ਅਤੇ ਨਾਜਾਇਜ਼ ਤਰੀਕੇ ਨਾਲ ਚੱਲ ਰਹੇ ਕੰਮਾਂ ਦੀ। ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਬਟਾਲਾ ਵਿੱਚ ਨਾਜਾਇਜ਼ ਰੂਪ ਨਾਲ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਫਰੀਦਕੋਟ ਦੇ CI ਸਟਾਫ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਤੋਂ ਬਾਅਦ CIA ਸਟਾਫ ਵੱਲੋਂ ਸ਼ਹਿਰ ਵਿੱਚ ਕਈ ਨਾਜਾਇਜ਼ ਤਰੀਕੇ ਨਾਲ ਚੱਲ ਰਹੀਆਂ ਪਟਾਕਾ ਫੈਕਟਰੀਆਂ ਵਿੱਚੋਂ ਭਾਰੀ ਮਾਤਰਾ ਵਿੱਚ ਪਟਾਕੇ ਫੜੇ ਗਏ। DSP ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਾਰੋਬਾਰੀਆਂ ਨੇ ਨਾਜਾਇਜ਼ ਤਰੀਕੇ ਨਾਲ ਪਟਾਕੇ ਸਟੋਰ ਕਰਕੇ ਰੱਖੇ ਸਨ, ਜਿਸ ਦੀ ਸੂਚਨਾ ਉਹਨਾਂ ਨੂੰ ਮਿਲੀ ਅਤੇ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਲੱਖਾਂ ਰੁਪਏ ਦੇ ਪਟਾਕੇ ਫੜੇ ਗਏ। ਆਰੋਪੀ ਹਾਲੇ ਤੱਕ ਫਰਾਰ ਹਨ, ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਹਿਰਾਸਤ ਵਿੱਚ ਲੈਣ ਦੀ ਗੱਲ ਕਹੀ ਹੈ। CIA ਫਰੀਦਕੋਟ ਵੱਲੋਂ ਜੈਤੋ ਵਿਖੇ ਛਾਪੇਮਾਰੀ ਕੀਤੀ ਗਈ ਸੀ, ਕਿਉਂਕਿ ਆਪ ਜੀ ਨੂੰ ਪਤਾ ਹੀ ਆ ਜਿਵੇਂ ਬਟਾਲੇ ਵਿੱਚ ਐਡਾ ਵੱਡਾ ਇੰਸੀਡੈਂਟ ਹੋਇਆ ਅਤੇ ਉਸੇ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਸਾਰੇ ਡਿਸਟ੍ਰਿਕਟ ਦੇ ਵਿੱਚ ਇਸ ਚੀਜ਼ ਦੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਆਬਾਦੀ ਦੇ ਵਿੱਚ ਪਟਾਕਿਆਂ ਨੂੰ ਸਟੋਰ ਕਰਕੇ ਨਾ ਰੱਖੇ। ਅਤੇ CIA ਫਰੀਦਕੋਟ ਵੱਲੋਂ ਕੱਲ੍ਹ ਜੈਤੋ ਇਨਫੋਰਮੇਸ਼ਨ ਮਿਲਣ 'ਤੇ ਰੇਡ ਕੀਤਾ ਗਿਆ, ਜਿੱਥੇ ਸਾਨੂੰ ਕਰੀਬ 2 ਗਡਾਊਨਸ ਦੇ ਵਿੱਚੋਂ 500 ਦੇ ਕਰੀਬ ਵੱਡੇ ਡੱਬੇ ਜਿਹੜੇ ਸਾਨੂੰ ਪਟਾਕਿਆਂ ਦੇ ਜਿਹੜੇ ਇਲੀਗਲ ਇਹਨਾਂ ਰੱਖੇ ਸੀ ਉਹ ਸਾਨੂੰ ਬਰਾਮਦ ਹੋਏ ਨੇ। ਇਹ ਵੱਖ ਵੱਖ ਤਰ੍ਹਾਂ ਦੇ ਪਟਾਕੇ ਨੇ ਜੀ ਅਤੇ ਇਹਨਾਂ ਦੀ ਜਿਹੜੀ ਅੰਦਾਜ਼ਨ ਕੀਮਤ ਆ ਉਹ 33 ਲੱਖ ਰੁਪਏ ਦੇ ਕਰੀਬ ਆ। ਇਹਦੇ ਵਿੱਚ 2 ਦੋਸ਼ੀ ਨੇ, ਇੱਕ ਗੋਪਾਲ ਕ੍ਰਿਸ਼ਨ ਏਲਸ ਸ਼ੈਲੀ ਜਿਹਨੂੰ ਅਸੀਂ ਕੱਲ੍ਹ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਸੀਗਾ, ਅਤੇ ਦੂਸਰਾ ਜਿਹੜਾ ਭਗਵੰਤ ਰਾਏ ਉਹ ਕੱਲ੍ਹ ਸ਼ਹਿਰ ਤੋਂ ਬਾਹਰ ਸੀਗਾ, ਇਸ ਕਰਕੇ ਮਾਲ ਤਾਂ ਬਰਾਮਦ ਹੋ ਗਿਆ ਪਰ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ। ਇਹ ਅਜੇ ਸਾਨੂੰ ਕੋਈ ਚੀਜ਼ ਵੀ ਨਹੀਂ ਦੇ ਸਕੇ, ਪਰ ਇਹਨਾਂ ਨੇ ਕਿਉਂਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਆਬਾਦੀ ਦੇ ਵਿੱਚ ਇਹ ਸਾਰੇ ਚੀਜ਼ਾਂ ਨੂੰ ਸਟੋਰ ਕੀਤਾ ਸੀਗਾ ਜਿਹੜੀਆਂ ਕਿ ਬਿਲਕੁਲ ਗੈਰ ਕਾਨੂੰਨੀਆਂ, ਇਹਨਾਂ ਦੇ ਖਿਲਾਫ ਅਸੀਂ ਮੁਕੱਦਮੇ ਦਰਜ ਕੀਤੇ ਨੇ ਅਤੇ ਮਾਲ ਨੂੰ ਅਸੀਂ ਐਜ਼ ਏ ਕੇਸ ਪ੍ਰੋਪਰਟੀ ਅਸੀਂ ਜ਼ਬਤ ਕੀਤਾ। ਸਾਡੇ ਕੋਲ ਇਹਨਾਂ ਨੇ ਕੋਈ ਇਹੋ ਜਿਹੀ ਚੀਜ਼ ਜਿਹੜੀ ਸ਼ੋਅ ਨਹੀਂ ਕੀਤੀ, ਨਾ ਹੀ ਸਾਨੂੰ ਉੱਥੋਂ ਕੋਈ ਮਿਲੀ ਹੈ। ਨਹੀਂ, ਅਸੀਂ ਤਾਂ ਪਹਿਲਾਂ ਵੀ ਸਮੇਂ ਦੇ ਉੱਤੇ ਜਿਵੇਂ ਤਿਉਹਾਰਾਂ ਦੇ ਦਿਨ ਨੇੜੇ ਆਉਂਦੇ ਆ ਅਤੇ ਇਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਦੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।